ਵਾਂਸ ਅਗੇਨ ਵੈਲਕਮ ਬੈਕ ਟੂ ਦਾ ਪ੍ਰੋਗਰਾਮ ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਂਗੇ ਸ਼ਾਗੀਰ ਸਿੰਘ ਗੇਲਜੀ ਨਾਲ ਇੱਕ ਨਾਮਵਰ ਲੇਖਕ ਹਨ ਸਹਿਤਕਾਰਾਂ ਦੀ ਬਹੁਤ ਵੱਡੀ ਦੇਣ ਹੈ ਜੀ ਸਾਡੇ ਸਮਾਜ ਨੂੰ ਅਤੇ ਜਿੱਥੇ ਇਹ ਰੋਜ਼ਮਰਾਂ ਜ਼ਿੰਦਗੀ ਵਿੱਚ ਸਾਡੇ ਨਾਲ ਜੋ ਵਾਪਰਦਾ ਹੈ ਉਸ ਨੂੰ ਆਪਣੇ ਕਲਮ ਬੰਦ ਕਰਦੇ ਨੇ ਉਸ ਦੇ ਨਾਲ-ਨਾਲ ਇਹ ਇਹ ਵੀ ਸਮਾਜ ਉਹ ਚਾਹਦੇ ਨੇ ਕਿ ਸਮਾਜ ਦੇ ਵਿੱਚ ਜਿਹੜੀ ਚੇਤਨਾ ਹੈ ਉਹ ਵਧੇ ਅਤੇ ਇਹ ਲਿਖਤਾ ਰਹੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਨੇ ਸਾਨੂੰ ਬੜਾ ਮਾਣ ਹੈ ਕਿ ਸਾਡੇ ਕੋਲ ਸਟੂਡੀਓ ਦੇ ਜਾਇਓ ਨੇ ਸ਼ਾਗੀਰ ਸਿੰਘ ਗੇਲਜੀ ਆਓ ਇਹਨਾਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੈਨੂ ਜੀ ਵੈਲਕਮ ਟੂ ਦਾ ਪ੍ਰੋਗਰਾਮ ਮਿਹਰਬਾਨੀ ਜੀ ਥੈਂਕ ਯੂ ਸ਼ਾਗੀਰ ਜੀ ਥੋੜਾ ਜਿਹਾ ਪਛੋਕ ਕਰ ਤੁਹਾਡਾ ਤੁਹਾਡਾ ਧਿਆਨ ਕਿਵੇਂ ਆਇਆ ਇਸ ਪਾਸੇ ਲਿਖਣ ਵਾਲੇ ਪਾਸੇ ਜੀ ਆ ਇੱਕ ਕਾਫੀ ਸਮੇਂ ਤੋਂ ਅੱਜ ਤੋ ਨਹੀਂ ਹੈਗਾ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਉਦੋਂ ਤੋਂ ਥੋੜਾ ਥੋੜਾ ਲਿਖਦੇ ਸੀ ਹੌਲੀ ਹੌਲੀ ਹਾਲੀ ਹੌਲੀ ਫਿਰ ਵਧੇਰਾ ਲਿਖਦੇ ਗਏ ਜੀ ਔਰ ਖਾਸ ਕਰਕੇ ਜਦੋਂ 84 ਦਾ ਵਾਕਿਆ ਹੋਇਆ ਉਹਦੇ ਨਾਲ ਜਜ਼ਬਾਤੀ ਤੌਰ ਤੇ ਮਨ ਇੰਨਾ ਜ਼ਿਆਦਾ ਪਿਗਲ ਗਿਆ ਜੀ ਕਿ ਲੇਖਣੀ 'ਚ ਕਾਫੀ ਜ਼ਿਆਦਾ ਜ਼ੋਰ ਆਇਆ ਤੇ ਬਹੁਤਾ ਉਸ ਸੰਦਰਭ ਚ ਲਿਖਦੇ ਰਹਾ ਜੀ ਔਰ ਮੈਂ ਜੀਵਨ ਚ ਮੋਸਟਲੀ ਜੀਵਨ ਦੇ ਸਿਧਾਂਤਾਂ ਦੇ ਬਾਰੇ ਜੀਵਨ ਫਲਸਫੇ ਦੇ ਬਾਰੇ ਠੀਕ ਹੈ ਰੋਮਾਂਟਿਕ ਵੀ ਲਿਖ ਦਿੰਦਾ ਲੇਕਿਨ ਬੜੇ ਫਿਲਾਸਫੀਕਲ ਮੈਂ ਉਸ ਤਰ੍ਹਾਂ ਦੇ ਗੀਤ ਨਹੀਂ ਲਿਖਦਾ ਜਿਸ ਤਰ੍ਹਾਂ ਦੇ ਲੋਕ ਅੱਜ ਕੱਲ ਚ ਰੱਖਦੇ ਨੇ ਪਰ ਗਜ਼ਲ ਦੇ ਰੂਪ ਚ ਜਾਂ ਕਵਿਤਾ ਦੇ ਰੂਪ ਚ ਨਜ਼ਮ ਦੇ ਰੂਪ ਚ ਰਵਾਇ ਦੇ ਰੂਪ ਚ ਇਸ ਤਰ੍ਹਾਂ ਜੋ ਵੀ ਮੈਨੂੰ ਕੁਦਰਤੀ ਆਮਦ ਹੁੰਦੀ ਆ ਉਹਦਾ ਰਹਿੰਦਾ ਮੈਂ ਉਹਨੂੰ ਲਿਖਦਾ ਰਹਿੰਦਾ ਬਾਤ ਖੂਬ ਕਿੰਨੀਆਂ ਕਿਤਾਬਾਂ ਹੁਣ ਤੱਕ ਛਪਵਾ ਸਕਿਓ ਅ ਅਜੇ ਤੱਕ 4 ਛਪਕੀਆਂ ਨੇ 2 ਆਲਰੇਡੀ ਪ੍ਰੈਸ ਤੇ ਵਿੱਚ ਨੇ ਜੀ ਪੰਜ ਐਸਐਲਸੀ ਇੱਕ ਪਹਿਲੇ 2008 ਚ ਛਪੀ ਸੀ ਤੇ ਪੰਜ ਆਲਰੇਡੀ ਕਿਤਾਬਾਂ ਜਿਹੜੀਆਂ ਮੈਂ ਅਗਲੇ ਸਾਲ ਵਾਸਤੇ ਕਿਉਂਕਿ ਇੱਕ ਵਾਰੀ ਸਾਰੀਆਂ ਨਾ ਛਪਵਾਈਏ ਉਹ ਦੇ ਆਇਆ ਠੀਕ ਔਰ ਤਿੰਨ ਖਰੜੇ ਨਾ ਤੋਂ ਇਲਾਵਾ ਮੇਰੇ ਕੋਲ ਤਿਆਰ ਨਹੀਂ ਤੇ ਚੌਥਾ ਮੈਂ ਸ਼ੁਰੂ ਕੀਤਾ ਹੋਇਆ ਬਾਤ ਖੂਬ ਸਹਿਦ ਦੀ ਜਦ ਗੱਲ ਕਰਦੇ ਆਂ ਤੇ ਅੱਜ ਅਸੀਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਤੇ ਖਾਸ ਤੌਰ ਤੇ ਨਵੀਂ ਪਨੀਰੀ ਦੀ ਜਦ ਗੱਲ ਕਰਦੇ ਆਂ ਤਾਂ ਕੀ ਤੁਸੀਂ ਦੇਖ ਰਹੇ ਹੋ ਕਿ ਅਸੀਂ ਜੋੜ ਸਕ ਰਹੇ ਹਾਂ ਉਹਨਾਂ ਨੂੰ ਚੰਗੇ ਸਿਹਤ ਨਾਲ ਜਿਸ ਤਰ੍ਹਾਂ ਤੁਸੀਂ ਲੈਚਰ ਲਫ਼ਜ਼ ਦਾ ਇਸਤੇਮਾਲ ਕੀਤਾ ਅੱਜ ਅਸੀਂ ਦੇਖ ਰਹੇ ਹਾਂ ਕਿ ਗੀਤਾਂ ਵਿੱਚ ਵੀ ਸਾਡੇ ਸੱਭਿਆਚਾਰ ਦੇ ਨਾਂ ਦੇ ਉੱਤੇ ਬਹੁਤ ਕੁਝ ਹੋ ਰਿਹਾ ਹੈ ਜਿਸ ਨੂੰ ਕਿ ਅਸੀਂ ਐਕਸੈਪਟ ਕਰੀ ਜਾ ਰਹੇ ਹਾਂ ਐਜ਼ ਅ ਲੇਖਕ ਤੁਸੀਂ ਕੀ ਮਹਿਸੂਸ ਕਰਦੇ ਮੈਂ ਇਹ ਮਹਿਸੂਸ ਕਰਨਾ ਵੀ ਜਿਹੜੇ ਵੀ ਸੱਜਣ ਪੁਰਸ਼ ਚਾਹੇ ਉਹ ਗਾਉਂਦੇ ਨੇ ਚਾਹੇ ਉਹ ਮਿਊਜ਼ਿਕ ਵਾਲੇ ਨੇ ਚਾਹੇ ਉਹ ਲਿਖਾਰੀ ਵੀਰ ਨੇ ਜਾਂ ਪੈਣਾ ਨੇ ਉਹਨਾਂ ਸਾਰੇ ਆ ਕੇ ਮੈਂ ਬੇਨਤੀ ਦੇ ਰੂਪ ਚ ਵੀ ਕਹਾਂਗਾ ਸਭ ਨੂੰ ਕਿ ਅਸੀਂ ਸਮਾਜ ਨੂੰ ਉਹ ਦੇਈਏ ਵੈਸੇ ਤਾਂ ਜੋ ਅਸੀਂ ਸਮਾਜ ਚ ਵੇਖਨੇ ਆ ਉਹੀ ਸਾਡੇ ਜ਼ਿਹਨ ਚ ਜਾਂਦਾ ਹੈ ਉਹੀ ਅਸੀਂ ਉਹਨੂੰ ਸਮਾਜ ਨੂੰ ਦੇਨੇ ਆ ਪਰ ਕਈ ਵਾਰੀ ਅੱਜ ਜਿਹੜਾ ਹੈ ਫਾਈਨੈਂਸ ਪੱਖ ਤੋਂ ਹੋਰ ਤਰ੍ਹਾਂ ਨਾਲ ਲੋਕਾਂ ਨੂੰ ਜਾਂ ਆਪਣੇ ਆਪ ਨੂੰ ਉੱਚਾਲ ਜਾਣ ਲਈ ਕਈ ਵਾਰੀ ਇਹ ਸੀ ਉਹਦਾ ਜਿਹੜਾ ਸਤਰੇ ਸਾਡਾ ਉਹਨੂੰ ਅਸੀਂ ਨੀਵਾ ਲੈ ਜਾਂਦੇ ਆ ਮੈਂ ਤੇ ਹੀ ਬੇਨਤੀ ਦੇ ਰੂਪ ਚ ਆਖਾਂਗਾ ਮੈਂ ਖੁਦ ਵੀ ਉਸ ਗੱਲ ਤੇ ਅਮਲ ਕਰਦਾ ਹਮੇਸ਼ਾ ਕਿ ਕੋਈ ਇੱਕ ਐਸਾ ਸ਼ਬਦ ਵੀ ਸਾਡੀ ਲੇਖਣੀ ਨਾ ਲਿਖੇ ਕਿ ਜਿਹੜਾ ਔਟਕਵਾ ਹੋਵੇ ਸਾਨੂੰ ਆਉਦੀ ਸਮਾਜ ਨੂੰ ਆਉਦੇ ਅਸੀਂ ਸਾਰੇ ਇੱਕ ਪਰਿਵਾਰ ਹਾਂ ਅਸੀਂ ਉਹਦੇ ਪਰਿਵਾਰ ਚਾਹ ਦੀ ਮਾਂ ਭੈਣ ਦੀ ਨੂੰ ਕੀ ਦੇ ਸਕਦੇ ਆ ਇਹ ਸੋਚ ਕੇ ਲਿਖੀ ਕਿ ਜੋ ਮੈਂ ਆਉਦੀ ਮਾਤਾ ਜੀ ਵਾਸਤੇ ਆਉਦੀ ਭੈਣ ਜੀ ਵਾਸਤੇ ਆਉਦੀ ਬੇਟੀ ਵਾਸਤੇ ਪਤਨੀ ਵਾਸਤੇ ਜਾਂ ਦੋਸਤਾਂ ਦੀਆਂ ਭੈਣਾਂ ਪਤਨੀਆਂ ਸਭ ਵਾਸਤੇ ਦੇ ਸਕਣਾ ਬਾਕੀ ਸਮਾਜ ਨੂੰ ਵੀ ਮੈਂ ਉਹੀ ਉਸ ਤਰ੍ਹਾਂ ਦੀ ਹੀ ਜਿਹੜਾ ਆਉਦੀ ਲੇਖਕੀ ਜੋਂ ਉਹ ਸ਼ਬਦ ਆ ਜਿਹੜੇ ਉਹਨਾਂ ਨੂੰ ਚੰਗੇ ਲੱਗਣ ਰਾਈਟ ਸ਼ਾਗੀਰ ਜੀ ਇੱਕ ਆਮ ਤੌਰ ਤੇ ਦੇਖਦੇ ਅਸੀਂ ਗੱਲ ਕਿ ਵਾਵਾ ਤਾਂ ਬੜੀ ਹੋ ਜਾਂਦੀ ਹੈ ਇੱਕ ਸ਼ਾਇਰ ਦੀ ਲੇਕਿਨ ਕਿਤਾਬਾਂ ਵੀ ਆਪ ਚੁਭਾਣੀਆਂ ਤੇ ਉਸ ਤੋਂ ਬਾਅਦ ਅੱਗੇ ਕਿਤਾਬ ਪੜਨ ਵਾਲੇ ਬਹੁਤੇ ਲੋਕ ਨਹੀਂ ਮਿਲਦੇ ਕਿਉਂ ਤੁਸੀਂ ਸਮਝ ਰਹੇ ਹੋ ਕਿ ਅਸੀਂ ਜਿੱਥੇ ਚਾਹਦੇ ਤਾਂ ਹਾਂ ਇੱਕ ਚੇਂਜ ਚਾਹਨੇ ਆ ਪਰ ਉਹ ਇੱਕ ਐਨਵਾਇਰਨਮੈਂਟ ਨਹੀਂ ਕ੍ਰੀਏਟ ਕਰ ਸਕਰੇ ਜਿਹਦੇ ਨਾਲ ਕਿ ਇੱਕ ਚੰਗਾ ਸਹਿਤ ਜੋ ਹੈ ਉਹ ਵੀ ਅੱਗੇ ਆ ਸਕੇ ਇਹਦੇ ਇਸ ਪਹਿਲੂ ਦੇ ਕਈ ਕਾਰਨ ਨੇ ਜਿਹੜੇ ਸ਼ਾਇਦ ਮੇਰੇ ਤੋਂ ਜ਼ਿਆਦਾ ਹੋਰ ਸਾਰੇ ਲੋਕ ਜਾਣਦੇ ਹੋਣਗੇ ਕਿ ਅਸੀਂ ਆਪਣੀ ਪੰਜਾਬੀ ਤੋਂ ਟੁੱਟਦੇ ਜਾ ਰਹੇ ਹਾਂ ਜੀ ਅਸੀਂ ਉਹਦੇ ਬੱਚਿਆਂ ਤੱਕ ਬੜੀ ਕੋਸ਼ਿਸ਼ ਕਰੀਦੀ ਹੈ ਵੀ ਉਹ ਸਿੱਖ ਲੈਣ ਜਿੰਨਾ ਕੋ ਸਕਦਾ ਸਿਖਾਈਦਾ ਪਰ ਬੋੜੇ ਲੈਂਦੇ ਐ ਔਰ ਘਟੋ ਘਟ ਬੋਲਣ ਸਾਰਾ ਕੁਝ ਕਰਨ ਪੰਜਾਬੀ ਚ ਅੱਗੇ ਆਉਣ ਸਾਰੇ ਕੋਈ ਵੀ ਭਾਸ਼ਾ ਤਰੱਕੀ ਕਿਵੇਂ ਕਰੇਗੀ ਜੇ ਭਾਸ਼ਾ ਨੂੰ ਕੋਈ ਪੜਨ ਵਾਲਾ ਹੀ ਨਾ ਰਹਿ ਜਾਏਗਾ ਤਾਂ ਉਹਨਾਂ ਕਿਤਾਬਾਂ ਦੇ ਕਿਤਾਬਾਂ ਅੱਜਕੱਲ ਲਿਖੀਆਂ ਹੀ ਜਾ ਰਹੀਆਂ ਨੇ ਸਾਰੇ ਲੋਕ ਲਿਖ ਰਹੇ ਨੇ ਅਸੀਂ ਵੀ ਉਹਨਾਂ ਚ ਇੱਕ ਹਾਂ ਜੀ ਲੇਕਿਨ ਉਹਨਾਂ ਨੂੰ ਜਦ ਤੱਕ ਉਹ ਪੜ੍ਹੇਗਾ ਨਾ ਮੈਂ ਜਿਹੜੀ ਮੇਰੀ ਪਹਿਲੀ ਕਿਤਾਬ ਛਪੀ ਸੀ ਮੈਂ ਕਾਫੀ ਭੈਣਾ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਦਿੱਤੀ ਹੈ ਜੀ ਬਹੁਤ ਘੱਟ ਲੋਕਾਂ ਨੇ ਪੜ੍ਹਨ ਤੋਂ ਬਾਅਦ ਮੈਨੂੰ ਉਹਦਾ ਰਿਸਪੌਂਸ ਦਿੱਤਾ ਜੀ ਤੁਹਾਡੀ ਕਿਤਾਬ ਮਿਲੀ ਸੀ ਹੁਣ ਆਉਣ ਲੱਗ ਪਿਆ ਮੈਂ ਇੰਡੀਆ ਗਿਆ ਹੋਇਆ ਸੀ ਪਿੱਛੋਂ ਮੈਨੂੰ ਕਿਸੇ ਇੱਕ ਈਮੇਲ ਇੱਕ ਲੜਕੀ ਦੀ ਆਈ ਤੇ ਉਹਨਾਂ ਨੂੰ ਕਿਤੇ ਯੂਨੀਵਰਸਿਟੀ ਚ ਮੇਰੀ ਉਹ ਕਿਤਾਬ ਮਿਲੀ ਤਾਂ ਉਹਨਾਂ ਪੜ੍ਹ ਕੇ ਦੱਸਿਆ ਜੀ ਸਾਨੂੰ ਬੜੀ ਚੰਗੀ ਲ ਇਸ ਤਰ੍ਹਾਂ ਜਿਹੜੇ ਲੋਕ ਪੜ੍ਹਦੇ ਨੇ ਉਹ ਚੰਗੇ ਲੋਕ ਜਿਹੜੇ ਸਿਆਣੇ ਬੁੱਧੀਜੀਵੀ ਲੋਕ ਨੇ ਜਦੋਂ ਕੋਈ ਚੀਜ਼ ਚੰਗੀ ਲੱਗਦੀ ਹੈ ਤਾਂ ਉਹਦੀ ਪ੍ਰਸ਼ੰਸਾ ਕਰਦੇ ਨੇ तो लिखने वाले खुशी होंगी है कि चलो मेरी कम किसी से कम पढ़िया बिल्कुल सो अ चाहवियाँ लिखता वखरे वेरे वेरी टॉपिक्स लिखियाँ जिम्मे समाजिक धार्मिक उन्होंने जड़ियाँ थोड़ा लगदिया ने कि जिना की कि हर एक जो तुम लिखित हो उसकी ऑफकोर्स इंपोर्टेंस हैगी है पर क्योंकि साढ़े को समा सीमित होगा चाहवा कि धार्मिक पक्ष तो एक सोशल पक्ष तो कोई ना कोई सा निम जरूर शेयर करो जी ओके सोशल पक्ष तो एक नज़म है मेरे को जी ਦੁਨੀਆ ਦੇ ਵਿੱਚ ਲੋਕ ਪਿਆਰ ਲਈ ਰੋਮਾਂਟਿਕਲੀ ਬੜਾ ਕੁਝ ਲਿਖਦੇ ਨੇ ਮੈਂ ਇੱਕ ਨਜ਼ਮ ਲਿਖੀ ਹੈ ਜਿਹਨੂੰ ਸਪਿਰਚੁਅਲਿਟੀ ਦੇ ਤੌਰ ਤੇ ਵੀ ਅਧਿਆਤਮਕ ਪੱਖ ਤੋਂ ਵੀ ਇਸ਼ਕ-ਏ-ਮਜਾਜ਼ੀ ਦੇ ਨਾਲ ਵੀ ਤੇ ਹਕੀਕੀ ਨੂੰ ਦੋਵਾਂ ਨੂੰ ਕੰਬਾਈਨ ਕਰਕੇ ਲਿਖਿਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਵੀ ਦੋਨੋਂ 'ਚ ਕੋਈ ਵੀ ਮੁਹੱਬਤ ਦਾ ਪਹਿਲੂ ਦਾ ਪੱਲਾ ਪਕੜਦਾ ਹੈ ਨਾ ਉਹ ਲੁਕ-ਸ਼ੁਭ ਕੇ ਕਰਦਾ ਹੈ ਸੰਤ ਹੋਵੇ ਫਕੀਰ ਹੋਵੇ ਉਹ ਵੀ ਭਗਤੀ ਲੁਕ ਕੇ ਕਰੇਗਾ ਦੂਜਾ ਆਸ਼ਿਕ ਹੋਵੇ ਤਾਂ ਉਹ ਵੀ ਲੁਕਛਿਵਕੀ ਕਰੇਗਾ ਸੋ ਉਹ ਜਿਹੜੀ ਇੱਕ ਅੰਦਰ ਅਗਨ ਹੈ ਜਿਹੜੀ ਤੁਹਾਡੇ ਅੰਦਰ ਇੱਕ ਉਹ ਮੁਹੱਬਤ ਦੀ ਅੱਗ ਹੈ ਉਹਨੂੰ ਸਾਰੇ ਲੁਕਾ ਕੇ ਹੀ ਬਲਣਾ ਚਾਹੁੰਦੇ ਆ ਪਰ ਮੈਂ ਉਹਨੂੰ ਸ਼ਰ੍ਹਾਮ ਸਾਰਿਆਂ ਦੇ ਸਾਹਮਣੇ ਕਹਿਣਾ ਚਾਹਾਂਗਾ ਇੱਕ ਅੱਗ ਮੇਰੇ ਅੰਦਰ ਜਗਦੀ ਤੇ ਇੱਕ ਅੱਗ ਉਸ ਨੂੰ ਛਾਂ ਹੈ ਕਰਦੀ ਫੇਰ ਵੀ ਮੇਰੀ ਅੱਗ ਦੀ ਜਿੰਦੜੀ ਕਿਸੇ ਅੱਗ ਬਾਝੋਂ ਜਾਵੇ ਮਰਦੀ ਜੀ ਮੈਂ ਜਿੰਦੜੀ ਨੂੰ ਦਿਆ ਦਿਲਾਸੇ ਉਹਦੀ ਝੋਲੀ ਪਾਵਾਂ ਅਗਦੇ ਹਾਸੇ ਜੀ ਪਰ ਜਿੰਦੜੀ ਨੂੰ ਸਬਰ ਨਾ ਆਵੇ ਇਹ ਅੱਗ ਦੀ ਜੂਣ ਹੰਡਾਉਣੀ ਚਾਵੇ ਵਾਹ ਅੱਗ ਨੂੰ ਅੱਗ ਨਿਤ ਠਟਕ ਦਿੰਦੀ ਹਮ ਹਮ ਅੱਗ ਨੂੰ ਅੱਗ ਨਿਤ ਠੰਡਕ ਦਿੰਦੀ ਅੱਗ ਦੀ ਅੱਗ ਨਾ ਵੇਸ ਕਰੇਂਦੀ ਅੱਗ ਦੀ ਅੱਗ ਵਿੱਚ ਤਾਵਾ ਵਧੇਰਾ ਭਾਂਬੜ ਦੀ ਥਾਂ ਤੁਖਦੀ ਰਹਿੰਦੀ ਹਮ ਹਮ ਤੁਖਦੀ ਅੱਗ ਕੋਈ ਵੇਖ ਨਾ ਸਕੇ ਇਦੇ ਤਾਂ ਨੂੰ ਕੋਈ ਵਾਹ ਨਾ ਡੱਕੇ ਕੈਸੀ ਵਾਹ ਵਗੀ ਇਸ ਅਗ ਨੂੰ ਅਗ ਅਗ ਕਰਦੀ ਅਗ ਪਈ ਥੱਕੇ ਕੈਸੀ ਵਾਹ ਵਗੀ ਇਸ ਅਗ ਨੂੰ ਅਗ ਅਗ ਕਰਦੀ ਅਗ ਪਈ ਥੱਕੇ ਆਵੋ ਨੀ ਕੋਈ ਲਾਵੋ ਲਾਂਬੂ ਜਾਂ ਆਵੋ ਨੀ ਕੋਈ ਦਿਓ ਦਲਾਸਾ ਮੇਰੀ ਅੱਗ ਦੀ ਝੋਲੀ ਪਾਵੋ ਆਪਣੀ ਅੱਗ ਦਾ ਸ਼ਗਨ ਪਤਾਸ ਵਾਹ ਜੀ ਵਾਹ ਬਹੁਤ ਮੇਰੀ ਅੱਗ ਦੀ ਝੋਲੀ ਪਾਵੋ ਆਪਣੀ ਅੱਗ ਦਾ ਸ਼ਗਨ ਪਤਾਸ ਜਦ ਕਿਤੇ ਅੱਗ ਨੂੰ ਅੱਗ ਮਿਲ ਜਾਵੇ ਅੱਗ ਦੀ ਜਿੰਦੜੀ ਠਰ ਠਰ ਜਾਵੇ ਵਾਹ ਤ੍ਰਿਪਤ ਹੋਣ ਲਈ ਅੱਗ ਦੀ ਜਿੰਦੂ ਸ਼ੀਰ ਅੱਗ ਦੀ ਅੱਗ ਵਿੱਚ ਪਈ ਸਮਾਵੇ ਬਹੁਤ ਖੂਬ ਜੀ ਬਹੁਤ ਖੂਬ ਵਾਹ ਸੋ ਧਾਰਮਿਕ ਪੱਖ ਤੇ ਉੱਤੇ ਵੀ ਤੁਸੀਂ ਕਿਉਂਕਿ ਖਾਸ ਤੌਰ ਤੇ ਜਿਸ ਤਰ੍ਹਾਂ ਕਿਹਾ ਕਿ 1984 ਵਿੱਚ ਤੁਸੀਂ ਬਹੁਤ ਪ੍ਰਭਾਵਿਤ ਹੋਏ ਤਾਂ ਉਸ ਤੋਂ ਬਾਅਦ ਤੁਸੀਂ ਕਾਫੀ ਲਿਖਤਾ ਉੱਤੇ ਵੀ ਲਿਖੀ ਹਾਂ ਹਾਂਜੀ ਤੇ ਕੋਈ ਧਾਰਮਿਕ ਪੱਖ ਤੋਂ ਕੋਈ ਕਿਤਾਬ ਲਿਖੀ ਹੋਏ ਤੁਸੀਂ ਹਾਂ ਇੱਕ ਨਜ਼ਮ ਹੈ ਜਿਹੜੀ ਸਮੇਂ ਦੇ ਮੁਤਾਬਕ ਮੈਂ ਕਹਿਣੀ ਚਾਹਾਂਗਾ ਕਿ ਸਮੇਂ ਨੇ ਹਕੂਮਤ ਨੇ ਜ਼ੁਲਮ ਨੇ ਪੰਚਮ ਪਾਰਸ਼ਾ ਗੁਰਜਨ ਦੇਵ ਪਾਸ਼ਾ ਜੀ ਨਾਲ ਬਹੁਤ ਤੱਕਾ ਕੀਤਾ ਬਹੁਤ ਕੁਝ ਸਾਡੇ ਸਭ ਤੋਂ ਪਹਿਲੇ ਸ਼ਹੀਦ ਹੋਏ ਨੇ ਇੱਕ ਜਿਹੜੀ ਉਹਨਾਂ ਦੇ ਹੱਥ ਵਿੱਚ ਮਾਲਾ ਸੀ ਜੋ ਜੋ ਕਥਾ ਜੀ ਸੁਣਦੇ ਰਹੇ ਆ ਬੁੱਧੀ ਜੀ ਲੋਕਾਂ ਤੋਂ ਤਾਂ ਉਹ ਵੀ ਉਹਨਾਂ ਕੋਲੋਂ ਹਕੂਮਤ ਦੇ ਕਰੰਦਿਆਂ ਨੇ ਲੈ ਲਈ ਸੀ ਉਹ ਜਿਹੜੀ ਮਾਲਾ ਦਾ ਇੱਕ ਪੱਥਰ ਦਾ ਕਹਿੰਦੇ ਨੇ ਵੀ ਹੀਰਾ ਹੈ ਔਰ ਇਹ ਸਾਇੰਸ ਦੱਸਦੀ ਹੈ ਵੀ ਕਿੰਨੇ ਕਰੋਨਾ ਵਰੇ ਹੀਰਾ ਜਿਹੜਾ ਹੈਗਾ ਕੋਲਾ ਤੇ ਫਿਰ ਹੀਰਾ ਤੇ ਫਿਰ ਜਾ ਕੇ ਉਹ ਪੱਥਰ ਜਿਹੜਾ ਹੈ ਉਹ ਹੀਰਾ ਬਣਦਾ ਹੈ ਉਹ ਜਿਹੜਾ ਪੱਥਰ ਹੈ ਉਹਦੇ ਜਜ਼ਬਾਤ ਲਿਖੇ ਨੇ ਤੇ ਉਸ ਤੋਂ ਪਹਿਲਾਂ ਕੁਝ ਲਾਈਨਾਂ ਨੇ ਜੀ ਤਤੀ ਤਵੀ ਤੇ ਸਿਮਰਨ ਕਰੇ ਜਿਹੜਾ ਇਕੋ ਇਕ ਹੋ ਸਕਦਾ ਗੁਰੂ ਅਰਜਨ ਪਖਦੀ ਰੇਤ ਸੀਸ ਪੁਆਏ ਜਿਹੜਾ ਇਕੋ ਇਕ ਹੋ ਸਕਦਾ ਗੁਰੂ ਅਰਜਨ ਦੇਗ ਉਬਲਦੀ ਵਿੱਚ ਨਹਾਏ ਜਿਹੜਾ ਇਕੋ ਇਕ ਹੋ ਸਕਦਾ ਗੁਰੂ ਅਰਜਨ ਖਿੜੇ ਮੱਥੇ ਹਰ ਜ਼ੁਲਮ ਨੂੰ ਸਹੇ ਜਿਹੜਾ ਇਕੋ ਇਕ ਹੋ ਸਕਦਾ ਗੁਰੂ ਅਰਜਨ ਖੁਦ ਨੂੰ ਸਦਕ ਦੀ ਮੂਰਤ ਬਣਾਏ ਜਿਹੜਾ ਇੱਕ ਇੱਕ ਹੋ ਸਕਦਾ ਹੈ ਗੁਰੂ ਅਰਜਨ ਨਾਮ ਬਾਣੀ ਦੀ ਠੰਡ ਵਰਤਾਏ ਜਿਹੜਾ ਇੱਕ ਇੱਕ ਹੋ ਸਕਦਾ ਹੈ ਗੁਰੂ ਅਰਜਨ ਉਸ ਗੁਰੂ ਸਾਹਿਬ ਦੇ ਬਾਰੇ ਉਸ ਮਣਕੇ ਦੇ ਵਿਚਾਰ ਨੇ ਜਿਹੜਾ ਕਰੋੜਾਂ ਸਾਲਾਂ ਦੀ ਤਪਸ਼ ਛੇ ਕੇ ਤੇ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਕੀਤੀ ਉਹਨਾਂ ਦੀ ਮਾਲਾ ਦਾ ਮਣਕਾ ਬਣਿਆ ਜੀ ਤੋਂ ਮਲਕਾ ਉਹ ਪੱਥਰ ਦਾ ਜਿਹੜਾ ਮਣਕਾ ਹੈ ਉਹ ਕਹਿ ਰਿਹਾ ਪੱਥਰ ਤਾਂ ਆਖਰ ਪੱਥਰ ਹੈ ਜੀ ਪੱਥਰ ਹੀ ਲੋਕੀ ਜਾਣਦੇ ਪੱਥਰ ਦੇ ਦਿਲ ਵਿੱਚ ਜੋ ਜ਼ਿਗਰ ਹੈ ਉਸ ਨੂੰ ਨਹੀਂ ਪਹਿਚਾਨਦੇ ਬਹੁਤ ਖੂਬ ਨਬਜ਼ਾਂ ਟਟੋਲਨ ਲੱਗ ਪੈਣ ਵੱਡੇ ਦਲੇਰ ਦਿਲਾਂ ਦੇ ਲੱਗੇ ਸੇਕ ਸਮੇ ਦਾ ਦਿਲਾਂ ਨੂੰ ਜੇ ਕਿਧਰੇ ਆਣ ਕੇ ਵਾਹ ਮੈਂ ਪੱਥਰ ਨੇ ਮੈਂ ਪੱਥਰ ਨੇ ਬਦਨ ਆਪਣਾ ਤਰਸ਼ਵਾਇਆ ਅੱਗੇ ਹੋ ਕੇ ਜ਼ਿਗਰ ਆਪਣਾ ਵਿਨਾਇਆ ਸੱਚੇ ਨਾਮ ਦਾ ਧਾਗਾ ਵਿੱਚੋਂ ਲੰਘਵਾਇਆ ਫਿਰ ਸਾਹਿਬ ਸੱਚੇ ਦੇ ਪੋਟਿਆਂ ਦੀ ਛੋਹ ਨੂੰ ਪਾਇਆ ਬਹੁਤ ਖੂਬ ਨਾਮ ਮੇਰੇ ਕੋਲ ਕੰਨ ਨੇ ਜੋ ਸੁਣ ਸਕਣ ਨਾ ਮੇਰੇ ਕੋਲ ਨੈਤਰ ਨੇ ਜੋ ਵੇਖ ਸਕਣ ਨਾ ਮੇਰੇ ਕੋਲ ਦਿਲ ਹੈ ਜੋ ਕਰੇ ਮਹਿਸੂਸ ਫਿਰ ਪੱਥਰਾਂ ਕੋਲ ਕੀ ਹੈ ਜੋ ਇੱਛਾ ਰੱਖਣ ਮੈਂ ਤਾਂ ਬਸ ਪੱਥਰ ਹਾਂ ਤੇਰੀ ਛੋ ਨੂੰ ਲੋਚਾਂ ਮੈਂ ਤਾਂ ਬਸ ਪੱਥਰ ਹਾਂ ਛੋ ਦੀਆਂ ਸੋਚਾਂ ਸੋਚਾਂ ਮੇਰੀ ਸੋਚ ਹੋਰ ਕੁਝ ਨਾ ਇਸ ਬਿਨ ਸੋਚੇ ਲੱਖ ਬਦਲ ਜੇ ਹੋਵੇ ਮੇਰਾ ਤੇਰੀ ਛੋ ਹੀ ਲੋਚਾ ਵਾਹ ਬਾਤ ਕੋ ਉਹ ਪੱਥਰੋ ਉਹ ਪੱਥਰੋ ਉਹ ਦਿਲਾਂ ਦੇ ਪੱਥਰੋ ਰੂਹਾਂ ਦੇ ਪੱਥਰੋ ਬਦਨਾਂ ਦੇ ਪੱਥਰੋ ਸੋਚਾਂ ਦੇ ਪੱਥਰੋ ਸਮਝਾਂ ਦੇ ਪੱਥਰੋ ਸਮੇਂ ਦੇ ਪੱਥਰੋ ਕੁਸਮੇਂ ਦੇ ਪੱਥਰੋ ਸੂਝਾਂ ਦੇ ਪੱਥਰੋ ਅਕਲਾਂ ਦੇ ਪੱਥਰੋ ਓਏ ਮਜ਼ਬਾਂ ਦੇ ਪੱਥਰੋ ਧਰਮਾਂ ਦੇ ਪੱਥਰੋ ਜੀਵਨ ਦੇ ਪੱਥਰੋ ਕਰਮਾਂ ਦੇ ਪੱਥਰੋ ਲਕੀਰਾਂ ਦੇ ਪੱਥਰੋ ਤਕਦੀਰਾਂ ਦੇ ਪੱਥਰੋ ਮਨਾਂ ਦੇ ਪੱਥਰੋ ਜ਼ਮੀਰਾਂ ਦੇ ਪੱਥਰੋ ਕੰਨਾਂ ਦੇ ਪੱਥਰੋ ਨੈਣਾਂ ਦੇ ਪੱਥਰੋ ਹੱਥਾਂ ਦੇ ਪੱਥਰੋ ਪੈਰਾਂ ਦੇ ਪੱਥਰੋ ਕੱਲ ਦੇ ਪੱਥਰੋ ਅੱਜ ਦੇ ਪੱਥਰੋ ਤੇ ਕੱਲ ਦੇ ਪੱਥਰੋ ਸਦਾ ਦੇ ਪੱਥਰੋ ਰਾਜ ਦੇ ਪੱਥਰੋ ਭਾਗ ਦੇ ਪੱਥਰੋ ਥਲਾਂ ਦੇ ਪੱਥਰੋ ਆਵਾਜ਼ ਦੇ ਪੱਥਰੋ ਬੰਦਗੀ ਦੇ ਪੱਥਰੋ ਨਿਮਾਜ਼ ਦੇ ਪੱਥਰੋ ਉਹ ਮੈਂ ਪੱਥਰ ਨੇ ਆਪਣਾ ਦਿਲ ਚਿਰਵਾ ਲਿਆ ਚਿਰਵਾ ਲਿਆ ਤੁਸਾਂ ਆਪਣੇ ਦਿਲ ਨੂੰ ਪੱਥਰ ਬਣਾ ਲਿਆ ਮੈਂ ਪੱਥਰ ਨੇ ਆਪਣਾ ਦਿਲ ਚਰਵਾ ਲਿਆ ਤੁਸਾਂ ਆਪਣੇ ਦਿਲ ਨੂੰ ਪੱਥਰ ਬਣਾ ਲਿਆ ਖੁਦਾ ਦੇ ਨੂਰ ਨੂੰ ਤਤੀ ਤਵੀ ਬਹਾ ਲਿਆ ਵੇਖੋ ਹੱਸ ਕੇ ਜਿਸ ਨੇ ਜ਼ੁਲਮ ਨੂੰ ਸੀਨੇ ਲਾ ਲਿਆ ਮਾਲਕ ਦੇ ਭਾਣੇ ਚ ਪਾਣਾ ਬਣਾ ਲਿਆ ਦੁੱਖ ਸੁੱਖ ਸਮ ਕਰ ਝੋਲੀ ਚ ਪਾ ਲਿਆ ਖਿੜੇ ਮੱਥੇ ਆਪਣਾ ਸਿੱਧਕ ਨਿਭਾ ਲਿਆ ਰੱਬ ਦੀ ਰਜ਼ਾ ਵਿੱਚ ਸ਼ੁਕਰ ਮਨਾ ਲਿਆ ਪੱਥਰ ਹਾਂ ਗੁਰੂ ਅਗੇ ਦੁਆ ਕਰਦਾ ਹਾਂ ਤੁਹਾਡੇ ਦਿਲਾਂ ਨੂੰ ਰੱਬ ਮੂਮ ਕਰੇ ਦੁਆ ਕਰਦਾ ਹਾਂ ਰੱਬ ਦੇ ਰੂਪ ਨੂੰ ਤੁਸੀਂ ਜਾਣ ਸਕੋ ਦੁਆ ਕਰਦਾ ਹਾਂ ਅਰਜਨ ਗੁਰੂ ਨੂੰ ਪਹਿਚਾਨ ਸਕੋ ਦੁਆ ਕਰਦਾ ਹਾਂ ਤੁਹਾਨੂੰ ਮਾਫ ਕਰੇ ਸਾਹਿਬ ਦੁਆ ਕਰਦਾ ਹਾਂ ਗੁਰੂ ਸਿਰ ਤੇ ਹੱਥ ਤਰੇ ਦੁਆ ਕਰਦਾ ਹਾਂ ਮੈਂ ਪੱਥਰ ਹਾਂ ਪੱਥਰ ਨੂੰ ਪੱਥਰ ਹੀ ਰਹਿਣ ਦੇਵੋ ਸ਼ੀਰ ਮਣਕਾ ਬਣਾਈ ਰੱਖੇ ਦੁਆ ਕਰਦਾ ਵਾਹ ਬਹੁਤ ਖੂਬ ਜੀ ਬਹੁਤ ਖੂਬ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੋਹਣਿਆ ਲਿਖਤਾ ਜਿਹੜੀਆਂ ਲਿਖਦੇ ਹੋ ਜਿਸ ਨਾਲ ਕਿ ਨਾ ਸਿਰਫ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਹੋ ਉਸ ਦੇ ਨਾਲ ਜੋ ਮਨ ਵਿੱਚ ਇਹ ਇੱਕ ਇੱਛਾ ਹੈ ਕਿ ਇਹ ਸਾਹਿਤ ਜੋ ਹੈ ਚੰਗਾ ਹੋਵੇ ਤੇ ਅਸੀਂ ਹੋਰ ਆਪਣੀ ਖਾਸ ਵਰਤ ਤੇ ਨਵੀਂ ਪਨੀਰੀ ਨੂੰ ਜੋੜ ਸਕੀਏ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਹੋਰ ਸਾਂਝ ਪਾਵਾਂਗੇ ਥੈਂਕ ਯੂ ਵੈਰੀ ਮਚ ਫॉर ਟਾਈਮ ਥੈਂਕ ਯੂ